ਦੱਸਦੇ ਕਿ ਖੇਤੀਬਾੜੀ ਵਿਭਾਗ ਦੀ ਟੀਮ ਦੇ ਵੱਲੋਂ ਅੱਜ ਇੱਕ ਖਾਦ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ, ਜਿੱਥੇ ਕਿ ਐਕਸਪਾਇਰੀ ਖਾਦ ਵੀ ਬਰਾਮਦ ਹੋਈ ਹੈ। ਤਾਂ ਮੌਕੇ 'ਤੇ ਉਹਨਾਂ ਦੇ ਵੱਲੋਂ ਵੀਡੀਓ ਬਣਾ ਕੇ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਤਾਂ ਬਠਿੰਡਾ ਦੇ ਗਰੋਥ ਸੈਂਟਰ ਦੇ ਵਿੱਚ ਬਣੀ ਖਾਦ ਦੀ ਇਸ ਫੈਕਟਰੀ ਦੇ ਵਿੱਚ ਅਚਾਨਕ ਉਸ ਸਮੇਂ ਹੜਕੰਪ ਮੱਚ ਜਾਂਦਾ ਹੈ ਜਦੋਂ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਦੇ ਵੱਲੋਂ ਟੀਮ ਦੇ ਨਾਲ ਪਹੁੰਚ ਕੀਤੀ ਜਾਂਦੀ ਹੈ। ਤਾਂ ਮੌਕੇ 'ਤੇ ਟੀਮ ਨੇ ਖਾਦ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਖਾਦ ਦੀ ਫੈਕਟਰੀ ਦੇ ਸੈਂਪਲ ਵੀ ਭਰ ਲਏ ਗਏ ਨੇ। ਤਾਂ ਖਾਦ ਬਣਾਉਣ ਦੇ ਲਈ ਜੋ ਬਾਇਓ ਖਾਦ ਬਣਾਈ ਜਾਂਦੀ ਹੈ ਉਸਦੇ ਹਿਸਾਬ ਨਾਲ ਇੱਥੇ ਤਾਪਮਾਨ ਵੀ ਕਾਫੀ ਜ਼ਿਆਦਾ ਸੀ, ਜਿਸ ਦੇ ਵਿੱਚ ਬਾਇਓ ਖਾਦ ਬਣਨਾ ਨਾਮੁਮਕਿਨ ਸੀ। ਇੱਥੋਂ ਤੱਕ ਕਿ ਇੱਥੇ ਫੈਕਟਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਐਕਸਪਾਇਰੀ ਪਦਾਰਥ ਵੀ ਪਾਇਆ ਗਿਆ ਅਤੇ ਖਾਦ ਵੀ ਇੱਥੇ ਬਰਾਮਦ ਹੋਈ ਹੈ। ਤਾਂ ਇਸ ਫੈਕਟਰੀ ਦੇ ਵਿੱਚ ਖਾਦ ਬਣਾਉਣ ਦੀ ਬਜਾਏ ਬਾਹਰ ਤੋਂ ਖਾਦ ਲਿਆ ਕੇ ਇੱਥੇ ਪੈਕਿੰਗ ਕਰਕੇ ਵੇਚੀ ਜਾਂਦੀ ਸੀ। ਤਾਂ ਫਿਲਹਾਲ ਮੌਕੇ 'ਤੇ ਪਹੁੰਚ ਕੇ ਇਸ ਫੈਕਟਰੀ ਦੇ ਸੈਂਪਲ ਭਰੇ ਜਾ ਚੁੱਕੇ ਨੇ ਅਤੇ ਕਿੰਨੇ ਕਿਸਾਨਾਂ ਤੱਕ ਇਹ ਖਾਦ ਪਹੁੰਚ ਚੁੱਕੀ ਹੈ ਅਤੇ ਕਿੰਨੇ ਬਾਜ਼ਾਰਾਂ ਤੱਕ ਪਹੁੰਚੀ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸਦੇ ਕਿ ਖੇਤੀਬਾੜੀ ਵਿਭਾਗ ਦੀ ਟੀਮ ਦੇ ਵੱਲੋਂ ਅੱਜ ਇੱਕ ਖਾਦ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ, ਜਿੱਥੇ ਕਿ ਐਕਸਪਾਇਰੀ ਖਾਦ ਵੀ ਬਰਾਮਦ ਹੋਈ ਹੈ। ਤਾਂ ਮੌਕੇ 'ਤੇ ਉਹਨਾਂ ਦੇ ਵੱਲੋਂ ਵੀਡੀਓ ਬਣਾ ਕੇ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਤਾਂ ਬਠਿੰਡਾ ਦੇ ਗਰੋਥ ਸੈਂਟਰ ਦੇ ਵਿੱਚ ਬਣੀ ਖਾਦ ਦੀ ਇਸ ਫੈਕਟਰੀ ਦੇ ਵਿੱਚ ਅਚਾਨਕ ਉਸ ਸਮੇਂ ਹੜਕੰਪ ਮੱਚ ਜਾਂਦਾ ਹੈ ਜਦੋਂ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਦੇ ਵੱਲੋਂ ਟੀਮ ਦੇ ਨਾਲ ਪਹੁੰਚ ਕੀਤੀ ਜਾਂਦੀ ਹੈ। ਤਾਂ ਮੌਕੇ 'ਤੇ ਟੀਮ ਨੇ ਖਾਦ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਖਾਦ ਦੀ ਫੈਕਟਰੀ ਦੇ ਸੈਂਪਲ ਵੀ ਭਰ ਲਏ ਗਏ ਨੇ। ਤਾਂ ਖਾਦ ਬਣਾਉਣ ਦੇ ਲਈ ਜੋ ਬਾਇਓ ਖਾਦ ਬਣਾਈ ਜਾਂਦੀ ਹੈ ਉਸਦੇ ਹਿਸਾਬ ਨਾਲ ਇੱਥੇ ਤਾਪਮਾਨ ਵੀ ਕਾਫੀ ਜ਼ਿਆਦਾ ਸੀ, ਜਿਸ ਦੇ ਵਿੱਚ ਬਾਇਓ ਖਾਦ ਬਣਨਾ ਨਾਮੁਮਕਿਨ ਸੀ। ਇੱਥੋਂ ਤੱਕ ਕਿ ਇੱਥੇ ਫੈਕਟਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਐਕਸਪਾਇਰੀ ਪਦਾਰਥ ਵੀ ਪਾਇਆ ਗਿਆ ਅਤੇ ਖਾਦ ਵੀ ਇੱਥੇ ਬਰਾਮਦ ਹੋਈ ਹੈ। ਤਾਂ ਇਸ ਫੈਕਟਰੀ ਦੇ ਵਿੱਚ ਖਾਦ ਬਣਾਉਣ ਦੀ ਬਜਾਏ ਬਾਹਰ ਤੋਂ ਖਾਦ ਲਿਆ ਕੇ ਇੱਥੇ ਪੈਕਿੰਗ ਕਰਕੇ ਵੇਚੀ ਜਾਂਦੀ ਸੀ। ਤਾਂ ਫਿਲਹਾਲ ਮੌਕੇ 'ਤੇ ਪਹੁੰਚ ਕੇ ਇਸ ਫੈਕਟਰੀ ਦੇ ਸੈਂਪਲ ਭਰੇ ਜਾ ਚੁੱਕੇ ਨੇ ਅਤੇ ਕਿੰਨੇ ਕਿਸਾਨਾਂ ਤੱਕ ਇਹ ਖਾਦ ਪਹੁੰਚ ਚੁੱਕੀ ਹੈ ਅਤੇ ਕਿੰਨੇ ਬਾਜ਼ਾਰਾਂ ਤੱਕ ਪਹੁੰਚੀ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸਦੇ ਕਿ ਖੇਤੀਬਾੜੀ ਵਿਭਾਗ ਦੀ ਟੀਮ ਦੇ ਵੱਲੋਂ ਅੱਜ ਇੱਕ ਖਾਦ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ, ਜਿੱਥੇ ਕਿ ਐਕਸਪਾਇਰੀ ਖਾਦ ਵੀ ਬਰਾਮਦ ਹੋਈ ਹੈ। ਤਾਂ ਮੌਕੇ 'ਤੇ ਉਹਨਾਂ ਦੇ ਵੱਲੋਂ ਵੀਡੀਓ ਬਣਾ ਕੇ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਤਾਂ ਬਠਿੰਡਾ ਦੇ ਗਰੋਥ ਸੈਂਟਰ ਦੇ ਵਿੱਚ ਬਣੀ ਖਾਦ ਦੀ ਇਸ ਫੈਕਟਰੀ ਦੇ ਵਿੱਚ ਅਚਾਨਕ ਉਸ ਸਮੇਂ ਹੜਕੰਪ ਮੱਚ ਜਾਂਦਾ ਹੈ ਜਦੋਂ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਦੇ ਵੱਲੋਂ ਟੀਮ ਦੇ ਨਾਲ ਪਹੁੰਚ ਕੀਤੀ ਜਾਂਦੀ ਹੈ। ਤਾਂ ਮੌਕੇ 'ਤੇ ਟੀਮ ਨੇ ਖਾਦ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਖਾਦ ਦੀ ਫੈਕਟਰੀ ਦੇ ਸੈਂਪਲ ਵੀ ਭਰ ਲਏ ਗਏ ਨੇ। ਤਾਂ ਖਾਦ ਬਣਾਉਣ ਦੇ ਲਈ ਜੋ ਬਾਇਓ ਖਾਦ ਬਣਾਈ ਜਾਂਦੀ ਹੈ ਉਸਦੇ ਹਿਸਾਬ ਨਾਲ ਇੱਥੇ ਤਾਪਮਾਨ ਵੀ ਕਾਫੀ ਜ਼ਿਆਦਾ ਸੀ, ਜਿਸ ਦੇ ਵਿੱਚ ਬਾਇਓ ਖਾਦ ਬਣਨਾ ਨਾਮੁਮਕਿਨ ਸੀ। ਇੱਥੋਂ ਤੱਕ ਕਿ ਇੱਥੇ ਫੈਕਟਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਐਕਸਪਾਇਰੀ ਪਦਾਰਥ ਵੀ ਪਾਇਆ ਗਿਆ ਅਤੇ ਖਾਦ ਵੀ ਇੱਥੇ ਬਰਾਮਦ ਹੋਈ ਹੈ। ਤਾਂ ਇਸ ਫੈਕਟਰੀ ਦੇ ਵਿੱਚ ਖਾਦ ਬਣਾਉਣ ਦੀ ਬਜਾਏ ਬਾਹਰ ਤੋਂ ਖਾਦ ਲਿਆ ਕੇ ਇੱਥੇ ਪੈਕਿੰਗ ਕਰਕੇ ਵੇਚੀ ਜਾਂਦੀ ਸੀ। ਤਾਂ ਫਿਲਹਾਲ ਮੌਕੇ 'ਤੇ ਪਹੁੰਚ ਕੇ ਇਸ ਫੈਕਟਰੀ ਦੇ ਸੈਂਪਲ ਭਰੇ ਜਾ ਚੁੱਕੇ ਨੇ ਅਤੇ ਕਿੰਨੇ ਕਿਸਾਨਾਂ ਤੱਕ ਇਹ ਖਾਦ ਪਹੁੰਚ ਚੁੱਕੀ ਹੈ ਅਤੇ ਕਿੰਨੇ ਬਾਜ਼ਾਰਾਂ ਤੱਕ ਪਹੁੰਚੀ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ।